ਅਮਰੀਕਾ ਦੇ ਨਿਊਯਾਰਕ ਸਿਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੀਵਾਲੀ ਮੌਕੇ 1 ਨਵੰਬਰ ਨੂੰ ਸਕੂਲਾਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਅੰਤਰਰਾਸ਼ਟਰੀ ਮਾਮਲਿਆਂ ਦੇ ਲਈ ਮੇਅਰ ਦਫ਼ਤਰ ਦੇ ਡਿਪਟੀ ਕਮਿਸ਼ਨਰ ਦਲੀਪ ਚੋਹਾਨ ਨੇ ਦੱਸਿਆ ਕਿ ਇਸ ਸਾਲ ਦੀਵਾਲੀ ਕਾਫੀ ਖਾਸ ਹੈ ਨਿਊਯਾਰਕ ਸਿਟੀ ਦੇ ਇਤਿਹਾਸ ਚ ਪਹਿਲੀ ਵਾਰੀ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਖਾਤਰ ਦੀਵਾਲੀ ਨੂੰ ਸਮਰਪਿਤ ਸ਼ੁੱਕਰਵਾਰ 1 ਨਵੰਬਰ ਨੂੰ ਸ਼ਹਿਰ ਦੇ ਸਾਰੇ ਸਕੂਲ ਬੰਦ ਕੀਤੇ ਗਏ ਹਨ ਇਸ ਦੇ ਨਾਲ ਹੀ ਅਮਰੀਕਾ ਦੀ ਸਭ ਤੋਂ ਉੱਚੀ ਇਮਾਰਤ ਵorld trade center ਵੀ ਦੀਵਾਲੀ ਤੋਂ ਪਹਿਲਾਂ ਚਮਕਦਾਰ ਰੰਗਾਂ ਦੀਆਂ ਰੌਸ਼ਨੀਆਂ ਦੇ ਨਾਲ جگਮਗਾਉਂਦਾ ਦੇਖਿਆ ਜਾ ਸਕਦਾ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਖ-ਵੱਖ ਤਰੀਕਿਆਂ ਰਾਹੀਂ ਪ੍ਰਦੂਸ਼ਣ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਟਾਕਿਆਂ ਤੇ ਪੂਰਨ ਪਾਬੰਦੀ ਨੂੰ ਲਾਗੂ ਕਰਨਾ ਹੈ। ਇਹ ਸਰਕਾਰ ਦੇ ਲਈ ਵੱਡਾ ਚੈਲੰਜ ਹੈ। ਹੁਣ ਤੱਕ ਪਟਾਕਿਆਂ ਦੀ ਵਿਕਰੀ ਅਤੇ ਸਟੋਰੇਜ ਨਾਲ ਸੰਬੰਧਿਤ 79 ਮਾਮਲੇ ਦਰਜ ਕੀਤੇ ਗਏ ਨੇ। 19005 ਕਿਲੋ ਪਟਾਖੇ ਵੀ ਜ਼ਬਤ ਕੀਤੇ ਗਏ ਨੇ। ਪੰਜਾਬ ਦੇ ਮੁਲਾਜ਼ਮਾਂ ਦੇ ਲਈ ਐਤ ਕੀ ਸੱਚੀ ਮੁੱਚੀ ਖੁਸ਼ੀ ਦੀ ਖਬਰ ਹੈ ਕਿਉਂਕਿ ਮਾਨ ਸਰਕਾਰ ਨੇ ਸਾਰੇ ਮੁਲਾਜ਼ਮਾਂ ਨੂੰ ਐਤ ਕੀ 31 ਅਕਤੂਬਰ ਨੂੰ ਤਨਖਾਹਾਂ ਦੇ ਦਿੱਤੀਆਂ ਨੇ ਪਹਿਲਾਂ ਇਹ ਤਨਖਾਹਾਂ ਕਈ ਕਿੰਨੇ ਲੇਟ ਵੀ ਹੁੰਦੀਆਂ ਰਹੀਆਂ ਨੇ ਪਰ ਐਤ ਕੀ ਮਾਨ ਸਰਕਾਰ ਨੇ ਨੋਟਿਸ ਜਾਰੀ ਕਰਕੇ ਸਾਰੇ ਵਿਭਾਗਾਂ ਨੂੰ ਹੁਕਮ ਦਿੱਤਾ ਸੀ ਕਿ ਸਾਰੇ ਹੀ ਮੁਲਾਜ਼ਮਾਂ ਦੀ ਤਨਖਾਹ 31 ਅਕਤੂਬਰ ਨੂੰ ਦੇ ਦਿੱਤੀ ਜਾਵੇ ਚਾਹੇ ਉਹ ਰੈਗੂਲਰ ਮੁਲਾਜ਼ਮ ਹੋਣ ਪੱਕੇ ਸਰਕਾਰੀ ਮੁਲਾਜ਼ਮ ਹੋਣ ਜਾਂ ਫਿਰ ਕੱਚੇ ਸਭ ਨੂੰ ਤਨਖਾਹਾਂ ਪਾ ਦਿੱਤੀਆਂ ਨੇ ਇਸ ਸਰਕਾਰ ਨੇ ਦਾਅਵਾ ਕੀਤਾ ਹੈ ਉਧਰ ਦਿੱਲੀ ਨਗਰ ਨਿਗਮ ਨੇ ਵੀ ਦਿਵਾਲੀ ਤੋਂ ਪਹਿਲਾਂ ਐਮਸੀਡੀ ਦੇ ਸਫਾਈ ਕਰਮਚਾਰੀਆਂ ਨੂੰ ਤੋਹਫਾ ਨੇ ਅਕਤੂਬਰ ਮਹੀਨੇ ਦੀ ਤਨਖਾਹ ਪਾਦਦੀ ਹੈ ਤੇ ਦਿਵਾਲੀ ਦਾ ਬੋਨਸ ਵੀ ਜਾਰੀ ਕਰ ਦਿੱਤਾ ਹੈ ਪਰ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਤਨਖਾਹ ਨੂੰ ਸਮੇਂ ਸਿਰ ਪਾਉਣ ਨੂੰ ਸਰਕਾਰਾਂ ਦਿਵਾਲੀ ਦੇ ਤੋਹਫੇ ਦੱਸ ਰਹੀਆਂ ਨੇ ਬੋਨਸ ਨੂੰ ਜ਼ਰੂਰ ਦਿਵਾਲੀ ਦਾ ਤੋਹਫਾ ਮੰਨਿਆ ਜਾ ਸਕਦਾ ਹੈ ਪਰ ਤਨਖਾਹ ਨੂੰ 30 ਤਰੀਕ ਨੂੰ ਪਾ ਦੇਣਾ ਇਹ ਕਿਸੇ ਵੀ ਤਰੀਕੇ ਨਾਲ ਦਿਵਾਲੀ ਦਾ ਤੋਹਫਾ ਨਹੀਂ ਹੈ ਇਹ ਮੁਲਾਜ਼ਮਾਂ ਦਾ ਹੱਕ ਹੁੰਦਾ ਉਹਨਾਂ ਨੂੰ ਹਰ ਮਹੀਨੇ ਹੀ ਇਸ ਤਰੀਕੇ ਤੇ ਤਨਖਾਹ ਮਿਲਣੀ ਚਾਹੀਦੀ ਹੈ ਖੈਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨਗਰ ਨਿਗਮ ਦੇ ਸਾਰੇ ਸਫਾਈ ਕਰਮਚਾਰੀਆਂ ਨੂੰ ਵਧਾਈਆਂ ਵੀ ਦਿੱਤੀਆਂ ਦਾਵਾ ਕੀਤਾ ਕਿ 18 ਸਾਲਾਂ ਚ ਪਹਿਲੀ ਵਾਰੀ ਦਿੱਲੀ 'ਚ ਅਜਿਹਾ ਹੋ ਰਿਹਾ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਮਹੀਨਾ ਖਤਮ ਹੋਣ ਤੋਂ ਪਹਿਲਾਂ ਹੀ ਮਿਲ ਰਹੀਆਂ ਨੇ ਇਸ ਤੋਂ ਪਹਿਲਾਂ ਇਹਨਾਂ ਦੀਆਂ ਤਨਖਾਹਾਂ ਕਹਿੰਦੇ 7-8 ਮਹੀਨੇ ਤੱਕ ਵੀ ਲੇਟ ਹੋ ਜਾਂਦੀਆਂ ਸੀ ਪਰ ਅੱਸੀ ਕਹਿੰਦੇ ਸਮੇਂ ਤੋਂ ਪਹਿਲਾਂ ਦੇ ਦਿੱਤੀਆਂ ਨੇ ਪਰ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ ਵੀ ਦਿੱਲੀ 'ਚ ਕਈ ਸਾਲ ਹੋ ਗਏ ਨੇ ਇਸ ਮੌਕੇ ਰਵਿੰਦ ਕੇ ਜੀਵਾਲ ਨੇ ਲੋਕਾਂ ਨੂੰ ਪਟਾਖੇ ਨਾ ਚਲਾਉਣ ਦੀ ਵੀ ਅਪੀਲ ਕੀਤੀ ਕਿਹਾ ਕਿ ਸੁਪਰੀਮ ਕੋਰਟ ਹਾਈ ਕੋਰਟ ਸਮੇਤ ਸਭ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਖੁਸ਼ੀ ਦਾ ਤਿਉਹਾਰ ਹੈ ਪਟਾਖਿਆਂ ਦਾ ਨਹੀਂ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਨੂੰ ਆਪਣੇ ਤਿਉਹਾਰ ਦੀਵੇ ਤੇ ਮੋਮਬੱਤੀਆਂ ਜਗਾ ਕੇ ਮਨਾਉਣੇ ਚਾਹੀਦੇ ਨੇ ਤੇ ਪਟਾਖੇ ਨਾ ਚਲਾਉਣ ਦੇ ਨਾਲ ਇਹ ਨਹੀਂ ਕਿ ਅਸੀਂ ਕਿਸੇ ਹੋਰ ਦਾ ਭਲਾ ਕਰ ਰਹੇ ਹਾਂ ਅਸੀਂ ਕਹਿੰਦੇ ਆਪਣੇ ਆਪ ਤੇ ਹੀ احਸਾਨ ਕਰ ਰਹੇ ਹਾਂ ਜੇ ਅਸੀਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਂਦੇ ਹਾਂ ਭਾਰਤ ਤੇ ਕੈਨੇਡਾ ਦੇ ਤਣਾਅ ਭਰੇ ਰਿਸ਼ਤਿਆਂ ਦਾ ਅਸਰ ਐਤਕੀ ਦੀਵਾਲੀ ਤੇ ਵੀ ਦਿਖਾਈ ਦਿੱਤਾ ਹੈ ਬੰਦੀ ਛੋੜ ਦਿਵ ਤਾਤਰੀ ਪਾਰਟੀ ਲਿਬਰਲ ਦੇ ਭਾਰਤ ਨਾਲ ਖਰਾਬ ਸਬੰਧਾਂ ਤੋਂ ਬਾਅਦ ਹੁਣ ਵਿਰੋਧੀ ਤਿਰਕਨ ਸਰਵੇਟਿਵ ਪਾਰਟੀ ਨੇ ਵੱਡਾ ਫੈਸਲਾ ਲਿਆ ਹੈ ਪਾਰਟੀ ਨੇ ਪਾਰਲੀਮੈਂਟ ਹਿੱਲ ਦੇ ਵਿੱਚ 23 ਸਾਲਾਂ ਤੋਂ ਚੱਲ ਰਹੇ ਦੀਵਾਲੀ ਜਸ਼ਨ ਨੂੰ ਰੱਦ ਕਰ ਦਿੱਤਾ ਇਸ ਤੇ ਹਿੰਦੂ ਭਾਈ ਚਾਰੇ ਨੇ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਸ ਨੇ ਗੁੱਸਾ ਜ਼ਾਹਿਰ ਕੀਤਾ ਹੈ ਤੇ ਵਿਰੋਧੀ ਤਿਰਦੇ ਲੀਡਰ ਪੀ ਆਰ ਪੋਲੀਵਰ ਤੋਂ ਮਾਫੀ ਦੀ ਮੰਗ ਕੀਤੀ ਹੈ ਹਾਲਾਂਕਿ ਹੁਣ ਇਹ ਜਸ਼ਨ ਲਿਬਰਲ ਪਾਰਟੀ ਦੇ ਐਮਪੀ ਵੱਲੋਂ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਓਵਰਸੀਜ਼ ਫਰੈਂਡ ਆਫ ਇੰਡੀ ਕੈਨੇਡਾ ਦੇ ਪ੍ਰਧਾਨ ਸ਼ਿਪਾਸ ਕਰਨੇ ਵਿਰੋਧੀ ਧਿਰ ਦੇ ਲੀਡਰ ਪੌਲੀਵਰ ਨੂੰ ਖੁੱਲੀ ਚਿੱਠੀ ਲਿਖ ਕੇ ਆਪਣਾ ਵਿਰੋਧ ਜਤਾਉਂਦਿਆਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਤੇ ਭਾਰਤੀ ਕੈਨੇਡੀਅਨਾਂ ਨੂੰ ਇੱਕ ਸਾਫ਼ ਸੁਨੇਹਾ ਦਿੱਤਾ ਗਿਆ ਹੈ ਕਿ ਸਾਨੂੰ ਉੱਥੇ ਰਹਿੰਦੇ ਭਾਰਤੀਆਂ ਨੂੰ ਕੈਨੇਡੀਅਨਾਂ ਵਜੋਂ ਨਹੀਂ ਬਲਕਿ ਬਾਹਰੀ ਲੋਕਾਂ ਵਜੋਂ ਦੇਖਿਆ ਜਾ ਰਿਹਾ ਹੈ ਪਾਰਲੀਮੈਂਟ ਹਿੱਲ ਵਿੱਚ ਦਿਵਾਲੀ ਸਮਾਗਮ ਦੀ ਸ਼ੁਰੂਆਤ 1998 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਦੀਪਕ ਉਬਰਾਏ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ 2019 ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਇਹ ਸਮਾਗਮ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਟੋਬ ਡੋਬਰਟੀ ਦੇ ਵੱਲੋਂ ਕੀਤਾ ਜਾਂਦਾ ਸੀ ਪਰ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੌਲੀਵਰ ਨੇ ਇਸ ਵਾਰੀ ਜਸ਼ਨ ਮਨਾਉਣ ਤੋਂ ਹੱਥ ਖਿੱਚ ਲਏ ਜਦਕਿ ਪਿਛਲੇ ਸਾਲ ਉਹ ਖੁਦ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਸਨ ਤੇ ਪਾਰਟੀ ਨੇ ਹਾਲੇ ਤੱਕ ਦਿਵਾਲੀ ਸਮਾਗਮ ਨੂੰ ਰੱਦ ਕਰਨ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਹਾਲਾਂਕਿ ਲਿਬਰਲ ਪਾਰਟੀ ਦੇ ਐਮਪੀ ਚੰ드ਰਾ ਆਰੀਆ ਜੋ ਕਿ ਆਪਣ ਨਿੱਤਿਆ ਖਿਲਾਫ ਖੋਲ ਕੇ ਬੋਲਦੇ ਰਹਿੰਦੇ ਨੇ ਉਹਨਾਂ ਨੇ ਹੁਣ ਦੀਵਾਲੀ ਪ੍ਰੋਗਰਾਮ ਨੂੰ ਕੈਲਗਰੀ ਦੇ ਉਬਰਾਏ ਫਾਊਂਡੇਸ਼ਨ ਦੇ ਨਾਲ ਮਿਲ ਕੇ ਹੋਸਟ ਕਰਨ ਦਾ ਐਲਾਨ ਕਰ ਦਿੱਤਾ ਹੈ